ਅੱਜ ਕੱਲ ਜਿੱਥੇ ਲੋਕਾਂ ਦਾ ਆਪਸੀ ਪ੍ਰੇਮ ਪਿਆਰ ਖਤਮ ਹੁੰਦਾ ਜਾ ਰਿਹਾ, ਉੱਥੇ ਇਸ ਦੀ ਉਦਾਹਰਣ ਦਿੱਤੇ ਜਾਣ ਵਾਲਾ ਮਾਂ ਤੇ ਬੱਚੇ ਦਾ ਰਿਸ਼ਤਾ ਵੀ ਸ਼ਰਮਸ਼ਾਰ ਹੋਣ ਲੱਗ ਪਿਆ। ਕੁੜੀਆਂ ਨੂੰ ਸੁੱਟਦੇ ਹੋਏ ਤਾਂ ਸਭ ਨੇ ਸੁਣਿਆ ਹੋਵੇਗਾ, ਪਰ ਹੁਣ ਲੋਕ ਮੁੰਡਿਆਂ ਨੂੰ ਵੀ ਸੁੱਟਣ ਲੱਗ ਪਏ ਹਨ। ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ, ਜਿੱਥੇ ਦੇ ਪਿੰਡ ਰੂੜਵਾਲ ਦੀ ਇੱਕ ਬਜ਼ੁਰਗ ਔਰਤ ਨੂੰ ਸਵੇਰ ਦੇ ਸਮੇਂ ਘਰ ਦੇ ਬਾਹਰ ਇੱਕ ਨਵਜੰਮਾ ਬੱਚਾ ਮਿਲਿਆ ਜੋ ਕਿ ਕੱਪੜੇ ਵਿੱਚ ਲਪੇਟਿਆ ਹੋਇਆ ਸੀ ਅਤੇ ਉਸ ਦੇ ਨੇੜੇ ਕੁੱਤੇ ਘੁੰਮ ਰਹੇ ਸਨ। ਜੇਕਰ ਕੁੱਤਿਆਂ ਦਾ ਧਿਆਨ ਬੱਚੇ ਵੱਲ ਚਲਾ ਜਾਂਦਾ ਤਾਂ ਕੁਝ ਵੀ ਹੋ ਸਕਦਾ ਸੀ, ਕੁੱਤੇ ਬੱਚੇ ਨੂੰ ਨੋਚ ਨੋਚ ਕੇ ਖਾ ਵੀ ਸਕਦੇ ਸਨ। ਬਜ਼ੁਰਗ ਔਰਤ ਨੇ ਬੱਚੇ ਨੂੰ ਚੁੱਕਿਆ ਅਤੇ ਇਸ ਨੂੰ ਲੈ ਕੇ ਪਿੰਡ ਦੇ ਸਰਪੰਚ ਦੇ ਘਰ ਚਲੀ ਗਈ ਅਤੇ ਇਸ ਬਾਰੇ ਸਰਪੰਚ ਨੂੰ ਦੱਸਿਆ। ਉਸ ਤੋਂ ਬਾਅਦ ਸਰਪੰਚ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਵਿੱਚ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਦੀ ਮਦਦ ਨਾਲ ਬੱਚੇ ਨੂੰ ਹਸਪਤਾਲ ਵਿੱਚ ਲਿਆਉਂਦਾ ਗਿਆ। ਮੀਡੀਆ ਅੱਗੇ ਬਜ਼ੁਰਗ ਔਰਤ ਨੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਹਾਂਜੀ, ਮੇਰਾ ਨਾਂ ਕਸ਼ਮੀਰ ਹੋ। ਹਾਂਜੀ, ਕਿੱਥੋਂ ਮਿਲਿਆ ਬੱਚਾ ਤੁਹਾਨੂੰ? ਸਾਨੂੰ ਇਸ ਤਰ੍ਹਾਂ ਨਾ ਸਾਡੇ ਗਵਾਂਢ ਲਾਗੇ ਭਰਾ ਨਾਲ ਹੀ ਘਰ ਪਿਛਲੇ ਬਣੇ ਕਮਰਿਆਂ ਦੇ, ਉਹਨਾਂ ਦਾ ਰੇੜਾ ਸੀ ਬਹੁ, ਅਤੇ ਉਹਨਾਂ ਨੇ ਰੇੜੇ ਦੇ ਥੱਲੇ ਇਸ ਤਰ੍ਹਾਂ ਪਿਆ ਸੀ ਤੂੰ ਆਪਣੇ ਘੋੜੇ ਨੂੰ ਲੱਗਾ ਪਾਣੀ ਡਾਉਣ, ਅਤੇ ਉਹਨੇ ਸਾਨੂੰ ਆਵਾਜ਼ ਮਾਰੀ, ਆਉਂਦਾ ਵੀ ਮਾਤਾ ਇਹ ਭੱਜ ਕੇ ਆਇਓ, ਆਂਟੀ ਭੱਜ ਕੇ ਆਇਓ, ਸਾਡੇ ਇਹ ਪਿੰਡ 'ਚ ਅਲੋਕਾਰ ਗੱਲ ਹੋ ਗਈ, ਅਲੋਕਾਰ ਗੱਲ ਹੋ ਗਈ, ਅਤੇ ਮੈਂ ਅਸੀਂ ਭੱਜ ਕੇ ਚੱਲ ਗਏ ਹਾਂ। ਮੈਂ ਨਹੀਂ ਆ ਕੀ ਹੋਇਆ ਵਾ, ਆਂਦਾ ਆ ਵੇਖੋ ਕੋਈ ਬੱਚਾ ਪਾ ਗਿਆ। ਜਾ ਕੇ ਬਹੁ ਜਦੋਂ ਫਿਰ ਆਪਾਂ ਵੇਖਿਆ ਇਹਨੂੰ ਨੰਗਿਆਂ ਕਰਕੇ ਥੋੜ੍ਹੇ ਜਿਹੇ ਭਟਕੇ 'ਚ ਲੇਟਿਆ ਸੀ ਇਹਨੂੰ, ਅਤੇ ਫਿਰ ਮੈਂ ਵੇਖਿਆ ਅਤੇ ਮੈਂ ਹਾਂ ਹਾਏ ਅਤੇ ਬੇਟਾ ਵਾ, ਫਿਰ ਮੈਂ ਫਟਾਫਟ ਇਹਨੂੰ ਚੁੱਕ ਕੇ ਲਿਆ ਕੇ ਅਤੇ ਇਹਨੂੰ ਕੰਬਲਾਂ 'ਚ ਵੀ ਲੇਟਿਆ, ਕੰਬਲਾਂ 'ਚ ਵੀ ਲੇਟ ਕੇ ਅਤੇ ਫਿਰ ਅਸੀਂ ਸਰਪੰਚ ਨੂੰ ਤਲਾਹ ਦਿੱਤੀ। ਸਰਪੰਚ ਆ ਗਿਆ ਵਾ, ਮੁੜ ਕੇ ਫਿਰ ਸਰਪੰਚ ਨੇ ਆਣ ਕੇ ਅਤੇ ਥਾਣੇ ਤਲਾਹ ਦਿੱਤੀ ਹੈ ਵੀ ਇਸ ਤਰ੍ਹਾਂ ਬੱਚਾ ਸਾਡੇ ਪਿੰਡ ਕੋਈ ਪਾ ਗਿਆ, ਅਤੇ ਚੁੱਕਿਆ ਹਾਂ ਅਤੇ ਲਿਆਂਦਾ ਆਪਣੇ ਘਰ, ਅਤੇ ਫਿਰ ਅਸੀਂ ਇੱਥੇ ਹੋਸਪਿਟਲ ਲੈ ਕੇ ਆ ਗਏ। ਲੜਕਾ ਕਿ ਲੜਕੀ ਹੈ? ਨਹੀਂ, ਲੜਕਾ ਜੀ। ਕੀ ਕਾਰਨ ਲੱਗਦੇ ਹੋਣਗੇ ਤੁਹਾਨੂੰ ਇਹਦੇ ਪਿੱਛੇ? ਹੁਣ ਬਹੁ ਪਤਾ ਨਹੀਂ ਆ ਵੀ ਜਾਂ ਕਿਸੇ ਮਾੜੀ ਜਨਾਨੀ ਦਾ ਸੀ ਕਿ ਜਾਂ ਕਿਸ ਤਰ੍ਹਾਂ ਸੀ, ਉਹ ਤਾਂ ਹੁਣ ਰੱਬ ਹੀ ਜਾਣਦਾ ਜੀ। ਕੁੱਤੇ ਵੀ ਲਾਗੇ ਖੇਡਦੇ? ਕੁੱਤੇ ਵੀ ਲਾਗੇ ਇਸ ਤਰ੍ਹਾਂ ਘੁਲਣ ਡੇ ਚਾਰ ਪੰਜ, ਅਤੇ ਉਹਨਾਂ 'ਚੋਂ ਵੀ ਵੇਖ ਲਾ ਇਹਨੂੰ ਰੱਬ ਨੇ ਬਚਾ ਲਿਆ, ਇਹਨੂੰ ਬਲਦੀ ਅੱਗ 'ਚੋਂ ਇਹਨੂੰ ਰੱਬ ਨੇ ਬਚਾ ਕੇ ਰੱਖਿਆ ਵਾ ਵਿਚਾਰੇ ਨੂੰ, ਇਹਦੀ ਵਧੀ ਸੀ। ਉੱਥੇ ਹੀ ਹਸਪਤਾਲ ਦੇ ਡਾਕਟਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੇਖੋ ਜੀ, ਸੜਕੋਂ ਸਵੇਰੇ ਤਕਰੀਬਨ 9 ਵਜੇ ਦੇ ਕਰੀਬ ਇੱਕ ਪਿੰਡ ਰੂੜੇਵਾਲ ਤੋਂ ਸਰਪੰਚ ਸਾਹਿਬ ਅਤੇ ਉਹਨਾਂ ਦੇ ਨਾਲ ਇੱਕ ਲੇਡੀ ਸੀਗੀ, ਉਹ ਇਹ ਬੱਚਾ ਲੈ ਕੇ ਆਏ ਨੇ। ਉਹਨਾਂ ਦਾ ਕਹਿਣ ਦੇ ਮੁਤਾਬਕ ਇਹ ਹੈਗਾ ਵੀ ਉਹਨਾਂ ਨੂੰ ਇੱਕ ਰੇੜੇ ਦੇ ਥੱਲਿਓਂ ਇਹ ਬੱਚਾ ਜਿਹੜਾ ਮਿਲਿਆ ਹੈਗਾ, ਉਹਨਾਂ ਨੇ ਇੱਕ ਪੁਲਿਸ ਸਟੇਸ਼ਨ ਰਮਦਾਸ ਨੂੰ ਵੀ ਇਨਫੋਰਮ ਕੀਤਾ। ਮੈਨੂੰ ਉਹ ਐੱਸ ਐੱਚ ਓ ਸਾਹਿਬ ਦਾ ਫੋਨ ਆਇਆ ਸੀ ਅਤੇ ਇੱਥੇ ਹੁਣ ਇੱਕ ਐੱਸ ਆਈ ਸਾਹਿਬ ਵੀ ਨਾਲ ਆਏ ਦੇ ਹੈਗੇ ਨੇ, ਅਤੇ ਬੱਚੇ ਨੂੰ ਸਾਡੇ ਜਿਹੜੇ ਮੌਜੂਦਾ EMO ਸੀਗੇ ਡਾਕਟਰ ਲੋਕ ਨਾਰਾਇਣ ਸੀ, ਉਹਨਾਂ ਨੇ ਚੈੱਕ ਕੀਤਾ, ਫਿਰ ਸਾਡੇ ਬੱਚਿਆਂ ਦੇ ਡਾਕਟਰ ਨੇ ਜਿਹੜੇ ਉਹਨਾਂ ਨੇ ਚੈੱਕ ਕੀਤਾ, ਫਿਰ ਉਹਨੂੰ ਮੈਂ ਵੀ ਬੱਚੇ ਨੂੰ ਚੈੱਕ ਕੀਤਾ, ਬੱਚਾ ਬਿਲਕੁਲ ਠੀਕ ਠਾਕ ਹੈਗਾ, ਇਹ ਮੇਲ ਬੱਚਾ ਹੈ। ਅਤੇ ਇਹਦੇ ਸੁੱਟਣ ਦਾ ਕਾਰਨ ਇਹਦੇ ਬਾਰੇ ਸਾਨੂੰ ਕੁਛ ਨਹੀਂ ਪਤਾ, ਅਸੀਂ ਇਹਨੂੰ ਆਪਣੇ ਸਿਵਲ ਸਰਜਨ ਸਾਹਿਬ ਜੀ ਨੂੰ ਜਿਹੜੀ ਹੈ ਲੈਟਰ ਲਿਖ ਕੇ ਅਤੇ ਇਹਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਜਿਹੜਾ ਰੈੱਡ ਕ੍ਰਾਸ ਵਾਲਿਆਂ ਦਾ ਘੂੜਾ ਹੈ ਉੱਥੇ ਜਲਦੀ ਤੋਂ ਜਲਦੀ ਇਹਨੂੰ ਸ਼ਿਫਟ ਕੀਤਾ। ਸੋ ਨਵਜੰਮੇ ਬੱਚੇ ਨੂੰ ਸੁੱਟਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਨੇਕਾਂ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ। ਇਹ ਉਹ ਲੋਕ ਹੁੰਦੇ ਨੇ ਜੋ ਆਪਣਾ ਪਾਪ ਛੁਪਾਉਣ ਲਈ ਆਪਣੇ ਜ਼ਿਗਰ ਦੇ ਟੁਕੜੇ ਨੂੰ ਜਮ ਦੇ ਹੀ ਆਪਣੇ ਤੋਂ ਦੂਰ ਕਰ ਦਿੰਦੇ ਨੇ ਅਤੇ ਕੂੜੇਦਾਨਾਂ ਜਾਂ ਫਿਰ ਕੱਪੜਿਆਂ ਵਿੱਚ ਲਪੇਟ ਕੇ ਸੁੱਟ ਦਿੰਦੇ ਨੇ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਏਵਨ ਪੰਜਾਬੀ TV ਦੇ ਨਾਲ। ਹੁਣ ਸਾਡੀ ਵੈਬਸਾਈਟ 'ਤੇ ਜਾਣ ਲਈ ਤੁਸੀਂ ਲੌਗਇਨ ਕਰ ਸਕਦੇ ਹੋ www.evenpunjabi.com 'ਤੇ। ਬਦਲਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਹੁਣ ਗੋਡਿਆਂ ਦੇ ਇਲਾਜ ਦਾ ਸਫਲ ਆਯੁਰਵੈਦਿਕ ਇਲਾਜ ਆ ਗਿਆ ਹੈ।
ਵੀ ਰਿਲੀਫ ਆਇਲ। ਇਸ ਤੋਂ ਇਲਾਵਾ 125 ਬਿਮਾਰੀਆਂ ਦਾ ਸਫਲ ਇਲਾਜ। ਹੁਣ 2 ਲੱਖ ਰੁਪਏ ਵਾਲਾ ਇਲਾਜ ਸਿਰਫ 1313 ਰੁਪਏ ਵਿੱਚ।